ਭਾਈਜਨ ਪਾਪੀ ਘਰ ਆ ਗਈ ਸਾਡੇ ਭਾਈਜਨ ਮੈਂ 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 ਤੁਹਾਡਾ ਛੋਟਾ ਭਰਾ ਨਾ ਮੈਂ ਦੇਵਰ ਆ ਮੈਂ ਪਾਪੀ ਦੀ ਝੋਲੀ 'ਚ ਬੈਠਾ ਵਾਂ ਤੂੰ ਝੋਲੀ ਪਾਣੀ ਆ ਸੜਕ ਤੇ ਕੁੱਤਾ ਲੈ ਕੇ ਜਾ ਰਿਹਾ ਮੈਂ ਕਿਹਾ ਲੜਾਈ ਵਾਲਾ ਕਹਿੰਦਾ ਅੰਨਾ ਹੋਇਆ ਸੁਲਾ ਵਾਲਾ ਹੀ पानी हाथ पा के शिप शिप करता रही कल उ चौल वाली लाइन च लगा ए बारी आई तो मौका है अच्छा बंदे नु गिरे बनो फिर के कहना बंदे गिण के मन्नत चाहिदी होंदी है अच्छा जी मेरे मेरी ट्राई लो ਤੁਹਾਨੂੰ ਪਤਾ ਲੱਗੇ ਕਿ ਟੈਲੈਂਟ ਕਿੰਨਾ ਕੀ ਕਿੰਨਾ ਟੈਲੈਂਟ ਹੈ ਰਾਣਾ ਹਾਂਜੀ ਪਿਆਰੇ ਤੂੰ ਨਾ ਟਰਾਈ ਲਈ ਤੂੰ ਕੱਲ ਵੀ ਕੰਨ ਚ ਮਾਰਤੀ ਸੀ ਕੀ ਖੂਬਸੂਰਤ ਹੈ ਆਪ ਥੈਂਕ ਯੂ ਸੋ ਮਚ ਫਕਤ ਮੇਰੇ ਦਿਲ ਸੇ ਉਤਰ ਜਾਏਗਾ ਫਕਤ ਮੇਰੇ ਦਿਲ ਸੇ ਉਤਰ ਜਾਏਗਾ ਮਜ਼ਾ ਲੀਜੀਏਗਾ ਉਤਰ ਜਾਏਗਾ ਤੇ ਤੁਸੀਂ ਇਸ ਕਰਦੇ ਮੁਲਾਜ਼ਮ ਵਿੱਚ ਸ਼ਾਦੀ ਹੋਈ ਹੈ ਜੀ ਬੱਚੇ ਬੱਚਾ ਬੱਚਾ ਕੋਈ ਹੋਣਾ ਵੀ ਨਹੀਂ ਓਕੇ ਨਹੀਂ ਉੱਥੇ ਤੇ ਤੂੰ ਗੰਢ ਦਿੱਤੀ ਹੈ ਮੈਂ ਸਪਰੇ ਕਰਦਿਆਂ ਭਾਈ ਜੀ ਕਿਥੇ ਬਸ ਠੀਕ ਹੈ ਹੁਣ ਅੱਜ ਤੋਂ ਬਾਅਦ ਤੂੰ ਮੇਰਾ ਦੇਵਰ ਹੈ ਤੇ ਮੈਂ ਤੇਰੀ ਭੈਣ ਆ ਤੂੰ ਕਹੀ ਜਾ ਹਾਂ ਤੂੰ ਨਹੀਂ ਮੰਨਣਾ ਐ ਵੇਖਣਾ ਇਹਦੇ ਦਿਲ 'ਚ ਨਾ ਕੋਈ ਕਾਲਾ ਕਾਲਾ ਹੈਗਾ ਜੀ ਮੇਰਾ ਮੂੰਹ ਕਾਲਾ ਤੇਰੇ ਦਿਲ 'ਚ ਕਾਲਾ ਕੁੜੀ 2 ਕਿਲੋ ਆਪਣੇ ਬੰਦੇ ਨੂੰ ਮੱਛੀ ਖਵਾ ਕੇ ਨਾ ਬਾਅਦ 'ਚ ਕਹਿੰਦੀ ਮੈਨੂੰ ਨਾ ਬੁਲਾਈ ਮੈਂ ਤੈਨੂੰ ਕਹਿ ਤੇ ਅਣ ਮਤ ਮਾਰੇ ਬੱਚੇ ਕੀ ਮਾਂ ਬਣ ਰਿਹਾ ਐਕਸ਼ਨ ਸ਼ਾਬਾਸ਼ ਤੀ ਆਇਆ ਬੱਚਾ ਰਾਜ ਜੀ ਨਾ ਹੋ ਜਾਏ ਜਾਨੂੰ ਤੁਸੀਂ ਤਾਂ ਕਹਿੰਦੇ ਤੁਸੀਂ ਕਰੋੜਪਤੀ ਹੋ ਮੈਂ ਖਰਬਾਪਤੀ ਮੈਂ ਤੇ ਅੱਛਾ ਮੈਨੂੰ ਪਤਾ ਨਹੀਂ ਲੱਗਣਾ ਕਿਹੜੇ ਬੈਂਕ 'ਚ ਮੈਂ ਪੈਸੇ ਰੱਖ ਬੈਠਾ ਸਾਰਾ ਲਾਹੌਰ ਠੰਡਾ ਕਰਕੇ ਹੁਣ ਆਪ ਵੀ ਠੰਡੀ ਹੋ ਜਾ ਪਾਗਲਾ ਕਿਉਂ ਜੇ ਮੈਂ ਠੰਡੀ ਹੋ ਗਈ ਤੇ ਮੇਰੇ ਤਿੰਨ ਭਰਾ ਭੁੱਖੇ ਮਰ ਗਏ